ਸਰਸਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮਹਾਤਵਾੜੇ ਨਾਲ ਅਨੂ ਚੋਪੜਾ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਦੱਸੇ ਕਿ ਅਕਾਲੀ ਦਲ ਦੇ ਵੱਲੋਂ ਆਪਣਾ ਇੱਕ ਹੋਰ ਤੇ ਆਖਰੀ ਉਮੀਦਵਾਰ ਦਾ ਵੀ ਐਲਾਨ ਕਰ ਦਿੱਤਾ ਗਿਆ ਜੀ ਹਾਂ ਬੀਤੇ ਦਿਨਾਂ ਦੇ ਵਿੱਚ ਤੁਹਾਨੂੰ ਦੱਸਿਆ ਕਿ ਅਕਾਲੀ ਦਲ ਦੇ ਵੱਲੋਂ 13 ਸੀਟਾਂ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀਗਾ ਲੇਕਿਨ ਹੁਣ ਇੱਕ ਆਖਰੀ ਸੀਟ ਬਚੀ ਸੀ ਪੰਜਾਬ ਦੀ ਖਲਕਾ ਖਡੂਰ ਸਾਹਿਬ ਦੀ ਸੀਟ ਤਾਂ ਹੁਣ ਇਸ ਤੇ ਵੀ ਜੋ ਇਹ ਉਮੀਦਵਾਰ ਦਾ ਐਲਾਨ ਅਕਾਲੀ ਦਲ ਦੇ ਵੱਲੋਂ ਕਰ ਦਿੱਤਾ ਗਿਆ ਸੋ ਉਹ ਕਿਹੜਾ ਨਾਮ ਹੈ ਜੋ ਕਿ ਇਹ ਅਕਾਲੀ ਦਲ ਦੇ ਵੱਲੋਂ ਐਲਾਨਿਆ ਗਿਆ ਉਹ ਵੀ ਤੋਂ ਦੱਸ ਦਿੰਦੇ ਆ ਸੋ ਦੱਸੇ ਕਿ ਵਿਰਸਾ ਸਿੰਘ ਬਲਟੋਹਾ ਦਾ ਨਾਮ ਜੋ ਹੈ ਉਹ ਐਲਾਨਿਆ ਗਿਆ ਉਹਨਾਂ ਨੂੰ ਟਿਕਟ ਜੋ ਹੈ ਹਲਕਾ ਖਡੂਰ ਸਾਹਿਬ ਤੋਂ ਦਿੱਤੀ ਗਈ ਹੈ ਆਕਾਲੀ ਦਲ ਦੇ ਵੱਲੋਂ ਸੋ ਦੱਸੇ ਕਿ ਇਸ ਵੱਲੇ ਦੀ ਇਹ ਵੱਡੀ ਖਬਰ ਹੈ ਕਿਉਂਕਿ ਲਗਾਤਾਰ ਚਰਚਾਵਾਂ ਹੋ ਰਹੀਆਂ ਸੀ ਲਗਾਤਾਰ ਵਾਕ ਵਾਕ ਨਾਮਾਂ ਨੂੰ ਲੈ ਕੇ ਜੋ ਹੈ ਚਰਚਾ ਹੋ ਰਹੀ ਸੀ ਕਿ ਇਹ ਨਾਮ ਹੋ ਸਕਦਾ ਹੈ ਇਹ ਚਿਹਰਾ ਹੋ ਸਕਦਾ ਹੈ ਹਲਕਾ ਖਡੂਰ ਸਾਹਿਬ ਤੋਂ ਆਕਾਲੀ ਦਲ ਦੇ ਵੱਲੋਂ ਲੇਕਿਨ ਹੁਣ ਵਿਰਸਾ ਸਿੰਘ ਬਲਟੋਹਾ ਦੇ ਨਾਮ ਤੇ ਜੋ ਹੈ ਮੋਹਰ ਲੱਗ ਚੁੱਕੀ ਹੈ ਸੋ ਆਕਾਲੀ ਦਲ ਦੇ ਵੱਲੋਂ ਵਿਰਸਾ ਸਿੰਘ ਬਲਟੋਹਾ ਨੂੰ ਜੋ ਹੈ ਆਪਣਾ ਉਮੀਦਵਾਰ एलान ਦਿੱਤਾ ਗਿਆ ਦੱਸਦੇ ਕਿ ਕਾਫੀ ਐਕਟਿਵ ਮੈਂਬਰ ਨੇ ਹੈ ਐਕਟਿਵ ਲੀਡਰ ਨੇ ਆਕਾਲੀ ਦਲ ਦੇ ਐਮ ਐਲ اے ਰਹਿ ਚੁੱਕੇ ਨੇ ਤੇ ਨਾਲ ਨਾਲ ਚੀਫ ਪਾਰਲੀਮੈਂਟਰੀ ਸੈਕਟਰੀ ਵੀ ਰਹਿ ਚੁੱਕੇ ਨੇ ਸੋ ਕਾਫੀ ਕੋਰ ਕਮੇਟੀ ਦੇ ਮੈਂਬਰ ਵੀ ਨੇ ਆਕਾਲੀ ਦਲ ਦੇ ਸੋ ਕਾਫੀ ਕਹਿੰਦੇ ਕਿ ਆਪਾਂ ਐਕਟਿਵ ਮੈਂਬਰ ਨੇ ਆਕਾਲੀ ਦਲ ਦੇ ਵਿੱਚ ਸੋ ਹੁਣ ਪੰਥਕ ਸੀਟ ਜਿਸ ਨੂੰ ਕਿਹਾ ਜਾਂਦਾ ਹੈ ਪੰਜਾਬ ਦੀ ਇੱਕ ਅਹਿਮ ਸੀਟ ਮੰਨਿਆ ਜਾਂਦਾ ਇਸ ਨੂੰ ਤਾਂ ਹਲਕਾ ਖਡੂਰ ਸਾਹਿਬ ਤੋਂ ਹੁਣ ਵਿਰਸਾ ਸਿੰਘ ਬਲਟੋਹਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਆਕਾਲੀ ਦਲ ਦੇ ਵੱਲੋਂ ਤੇ ਨਾਲ ਹੀ ਨਾਲ ਜੇਕਰ ਗੱਲ ਕਰੀਏ ਕਿ ਹੁਣ ਉਹਨਾਂ ਤੇ ਸਾਮਣੇ ਕੌਣ ਲੋਗ ਹੋਣਗੇ ਕਿਹੜੇ ਚਿਹਰੇ ਹੋਣਗੇ ਤਾਂ ਉਹ ਵੀ ਵੱਡੇ ਚਿਹਰੇ ਨੇ ਜਿਸ ਤਰ੍ਹਾਂ ਬਾਕੀ ਪਾਰਟੀਆਂ ਦੇ ਵੱਲੋਂ ਜੋ ਹੈ ਬਾਕੀ ਚਹਿਰਿਆਂ ਤੇ ਦਾਖੇੜਿਆ ਗਿਆ ਹੈ ਤਾਂ ਹੁਣ ਦੱਸਦੇ ਕਿ ਭਾਜਪਾ ਦੇ ਜਿਹੜੇ ਮਨਜੀਤ ਸਿੰਘ ਮੰਨਾ ਜਿਹੜੇ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਤੇ ਨਾਲ ਹੀ ਨਾਲ ਉਧਰੋਂ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਲਾਲਜੀਤ ਸਿੰਘ ਪੁੱਲਰ ਮੈਦਾਨ ਦੇ ਵਿੱਚ ਨੇ ਤੇ ਹੁਣ ਜੋ ਹੈ ਅਕਾਲੀ ਦਲ ਦੇ ਵੱਲੋਂ ਵੀ ਇੱਥੇ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਵਿਰਸਾ ਸਿੰਘ ਵਰਟੋਹਾ ਨਾਲ ਹੀ ਦੱਸਦੇ ਕਿ ਇੱਕ ਹੋਰ ਨਾਮ ਵੀ ਹੈ ਜਿਸ ਦੀ ਕਾਫੀ ਚਰਚਾ ਚੱਲ ਰਹੀ ਹੈ ਤੇ ਉਹ ਨਾਮ ਹੈ ਅਮਰਿਤਪਾਲ ਸਿੰਘ ਦਾ ਜੀ ਹਾਂ ਲਗਾਤਾਰ ਜੋ ਇਹ ਚਰਚਾ ਹੋ ਰਹੀ ਸੀ ਅਮਰਿਤਪਾਲ ਸਿੰਘ ਚੋਣ ਲੜੇਗਾ ਸੋ ਹੁਣ ਉਸ ਦੇ ਪਰਿਵਾਰ ਦੇ ਵੱਲੋਂ ਇਹ ਸਾਫ ਕਰ ਦਿੱਤਾ ਗਿਆ ਹੈ ਕਿ ਉਹ ਚੋਣ ਲੜੇਗਾ ਹਾਲਾਂਕਿ ਉਹ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਇਸ ਵੇਲੇ ਬੰਦ ਹੈ ਲੇਕਿਨ ਉਸ ਦੇ ਬਾਵਜੂਦ ਜੋ ਹੈ ਉਹ ਆਪਣੀ ਚੋਣ ਲੜਨਗੇ ਤੋਂ ਦੀ ਹਾਲਾਂਕਿ ਇਹ ਸਭ ਦਾ ਕਹਿ ਲੈ ਕਿ ਆਪਾਂ ਰਾਈਟ ਹੈ ਉਹਨਾਂ ਨੂੰ ਅਧਿਕਾਰ ਹੈ ਚੋਣ ਲੜਨ ਦਾ ਸੋ ਉਹਨਾਂ ਦੀ ਇੱਛਾ ਹੈ ਜੇਕਰ ਉਹ ਲੜਨਾ ਚਾਹੁੰਦੇ ਨੇ ਸੋ ਹੁਣ ਉਹ ਵੀ ਦੇਖਣਾ ਹੋਵੇਗਾ ਕਿ ਜੇਕਰ ਇਹ ਸਾਰੇ ਨਾਮ ਜੋ ਹੈ ਸਾਰੇ ਚਿਹਰੇ ਮੈਦਾਨ ਦੇ ਵਿੱਚ ਨੇ ਸੋ ਅੱਜ ਇਸ ਦਾ ਪ੍ਰਭਾਵ ਕਹਿ ਲੈ ਅਕਾਲੀ ਦਲ ਤੇ ਕੀ ਪਵੇਗਾ ਸੋ ਇਸ ਦੇ ਵਿੱਚ ਉੱਭਰ ਕੇ ਅਕਾਲੀ ਦਲ ਕਿਸ ਤਰ੍ਹਾਂ ਸਾਹਮਣੇ ਆਏਗੀ ਉਹ ਵੀ ਜਿਹੜਾ ਦੇਖਣ ਯੋਗ ਹੋਵੇਗਾ ਲੇਕਿਨ ਫਿਲਹਾਲ Altyazı ਤਾਂ ਤੁਹਾਨੂੰ ਦੱਸ ਦੇ ਕਿ ਆਕਾਲੀ ਦਲ ਦੇ ਵੱਲੋਂ ਜੋ ਆਪਣੇ ਸਾਰੇ ਨਾਵਾਂ ਨੂੰ ਐਲਾਨ ਦਿੱਤਾ ਗਿਆ ਪੰਜਾਬ ਦੀਆਂ 13 13 ਸੀਟਾਂ ਜੋ ਹੈ ਉਸ ਨੂੰ ਸਾਰੀਆਂ ਸੀਟਾਂ ਤੇ ਜੋ ਉਮੀਦਵਾਰਾਂ ਦਾ ਐਲਾਨ ਆਕਾਲੀ ਦਲ ਦੇ ਵੱਲੋਂ ਕਰ ਦਿੱਤਾ ਗਿਆ ਤੇ ਨਾਲ ਹੀ ਨਾਲ ਚੰਡੀਗੜ੍ਹ ਦੇ ਵਿੱਚ ਵੀ ਜੁੜਾ ਉਥੇ ਨਾਮ ਦਾ ਐਲਾਨ ਕਰ ਦਿੱਤਾ ਗਿਆ ਸੀ ਆਕਾਲੀ ਦਲ ਦੇ ਵੱਲੋਂ ਸੋਹਣ ਜੋ ਹੈ ਖਡੂਰ ਸਾਹਿਬ ਦੀ ਸੀਟ ਜੋ ਹੈ ਬਾਕੀ ਬਚੀ ਸੀ ਹੁਣ ਉਸ ਨੂੰ ਵੀ ਜਿਹੜਾ ਲੈ ਕੇ ਐਲਾਨ ਕਰ ਦਿੱਤਾ ਗਿਆ ਤਾਂ ਵਰਸਾ ਸਿੰਘ ਵਰਟੋਹਨ ਨੂੰ ਜੋ ਹੈ ਉਹਨਾਂ ਤੇ ਦਾਖੇੜਿਆ ਗਿਆ ਸੋ ਦੱਸ ਦੇ ਕਿ ਜੇਕਰ ਹੋਰ ਵੀ ਨਾਵਾਂ ਤੇ ਦੇਖੀਏ ਤਾਂ ਪੂਰਵੀ ਨਾਮ ਜੋ ਹੈ ਚਰਚਾ ਦੇ ਵਿੱਚ ਆ ਰਹੇ ਸੀਗੇ ਕਿ ਇਹਨਾਂ ਨੂੰ ਅਕਾਲੀ ਦਲ ਦੇ ਵੱਲੋਂ ਉਤਾਰਿਆ ਜਾ ਸਕਦਾ ਹੈ ਤਾਂ ਬੀਤੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਸੀ ਕਿ ਵਿਕਰਮ ਸਿੰਘ ਮਜੀਠੀਆ ਦਾ ਨਾਮ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਸੀ ਕਿ ਆ ਜਾ ਰਿਹਾ ਸੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਜੋ ਹੈ ਅਕਾਲੀ ਦਲ ਖਡੂਰ ਸਾਹਿਬ ਹੈ ਕਾ ਖਡੂਰ ਸਾਹਿਬ ਤੋਂ ਜੋ ਹੈ ਮੈਦਾਨ ਦੇ ਵਿੱਚ ਉਤਾਰ ਸਕਦੇ ਹਨ ਲੇਕਿਨ ਉਸ ਨੂੰ ਲੈ ਕੇ ਵੀ ਜਿਹੜਾ ਕਿਤੇ ਨਾ ਕਿਤੇ ਸਥਿਤੀ ਸਪਸ਼ਟ ਨਹੀਂ ਹੋ ਰਹੀ ਸੀ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਉਹਨਾਂ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ ਉਹਨਾਂ ਦੇ ਨਾਲ ਇਸ ਨੂੰ ਲੈ ਕੇ ਜਿਹੜਾ ਕੋਈ ਵੀ ਵਿਚਾਰ ਵਿਮਰਸ਼ ਨਹੀਂ ਕੀਤਾ ਗਿਆ ਸੋ ਉਹ ਕਿਤੇ ਨਾ ਕਿਤੇ ਜਿਹੜਾ ਸਥਿਤੀ ਉਲਝੀ ਹੋਈ ਸੀ ਉਸ ਨੂੰ ਲੈ ਕੇ ਕਿ ਵਿਕਰਮ ਸਿੰਘ ਮਜੀਠੀਆ ਹਲਕਾ ਖਡੂਰ ਸਾਹਿਬ ਤੋਂ ਚੋਣ ਲੜਨਗੇ ਜਾਂ ਫਿਰ ਨਹੀਂ ਲੇਕਿਨ ਹੁਣ ਜੋ ਸਥਿਤੀ ਪੂਰੀ ਤਰ੍ਹਾਂ ਦੇ ਨਾਲ ਸਾਫ ਹੋ ਚੁੱਕੀ ਹੈ ਤੇ ਵਿਰਸਾ ਸਿੰਘ ਬਲਟੋਹਾ ਨੂੰ ਜੋ ਹੈ ਅਕਾਲੀ ਦਲ ਨੇ ਟਿਕਟ ਦੇ ਦਿੱਤੀ ਹੈ ਤੇ ਹੁਣ ਵਿਰਸਾ ਸਿੰਘ ਬਲਟੋਹਾ ਜੋ ਹੈ ਮੈਦਾਨ ਦੇ ਵਿੱਚ ਉਤਰਨਗੇ ਤੇ ਬਾਕੀ ਵਿਰੋਧੀਆਂ ਦਾ ਜੋ ਹੈ ਉਹਨਾਂ ਦੇ ਨਾਲ ਕਹਿ ਲੈ ਕੇ ਪੜਨਤ ਹੋਵੇਗੀ ਸੋ ਕਿਸ ਤਰ੍ਹਾਂ ਹੁਣ ਅਕਾਲੀ ਦਲ ਇੱਥੇ ਇਸ ਸੀਟ ਦੇ ਉੱਪਰ ਕੇ ਸਾਹਮਣੇ ਆਉਂਦਾ ਉਹ ਜ਼ਰੂਰ ਦੇਖਣ ਯੋਗ ਹੋਵੇਗਾ ਕਿਉਂਕਿ ਤੁਹਾਨੂੰ ਦੱਸਦੇ ਕਿ ਸ਼੍ਰੋਮਣੀ ਅਕਾਲੀ ਦਲ ਜੋ ਹੈ ਖਡੂਰ ਸਾਹਿਬ ਤੇ ਪਿਛਲੀ ਲੋਕ ਸਭਾ ਚੋਣਾਂ ਦੇ ਵਿੱਚ ਕਾਫੀ ਉਸ ਦਾ ਦਬਦਬਾ ਰਿਹਾ ਹੈ ਦੋ ਵਾਰ ਇੱਥੋਂ ਦੀ ਜੇਤੂ ਰਹੇ ਨੇ ਅਕਾਲੀ ਦਲ ਸੋ ਹੁਣ ਦੇਖਣਾ ਹੋਵੇਗਾ ਕਿ ਇੱਥੋਂ ਦੀ ਕਿਹੜੀ ਕਿਸ ਤਰ੍ਹਾਂ ਜੋ ਹੈ ਇੱਥੇ ਰਣਨੀਤੀ ਬਣਾਈ ਜਾਂਦੀ ਹੈ ਅਕਾਲੀ ਦਲ ਦੇ ਵੱਲੋਂ ਇਹ ਸੀਟ ਤੇ ਕਾਬੂ ਜੋਣ ਦੇ ਲਈ ਕਿਉਂਕਿ ਪੰਥਕ ਸੀਟ ਹੈ ਅਹਿਮ ਸੀਟ ਹੈ ਸੋ ਕਿਤੇ ਨਾ ਕਿਤੇ ਕਹਿ ਲੈ ਕਿ ਅਕਾਲੀ ਦਲ ਦਾ ਇੱਥੇ ਕਾਫੀ ਜ਼ਿਆਦਾ ਜ਼ੋਰ ਲੱਗਣ ਵਾਲਾ ਹੈ ਸੋ ਅਕਾਲੀ ਦਲ ਨੂੰ ਇਹ ਸੀਟ ਜਿੱਤਣ ਦੇ ਲਈ ਕਹਿ ਲੈ ਕਿ ਜਿਸ ਤਰ੍ਹਾਂ ਬਾਕੀ ਵੀ ਇੱਥੇ ਉਮੀਦਵਾਰ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਸੋ ਕਿਤੇ ਕਾਲੀ ਦਲ ਦੇ ਲਈ ਕੰਪੀਟੀਸ਼ਨ ਵੀ ਹੋਵੇਗਾ ਸੋ ਹੁਣ ਇਹ ਵੀ ਇੰਤਜ਼ਾਰ ਨਾਲੀ ਨਾਲ ਕੀਤਾ ਜਾ ਰਿਹਾ ਕਿ ਕਾਂਗਰਸ ਇਥੋਂ ਦੀ ਕਿਹੜੇ ਕੈਂਡੀਡੇਟ ਨੂੰ ਜੋ ਹੈ ਮੈਦਾਨ ਦੇ ਵਿੱਚ ਉਤਾਰੇਗੀ ਕਿਉਂਕਿ ਉਹ ਕੈਂਡੀਡੇਟ ਵੀ ਇੱਕ ਵੱਡਾ ਪ੍ਰਭਾਵ ਜੋ ਹੈ ਇਸ ਸੀਟ ਤੇ ਪਾ ਸਕਦਾ ਸੋ ਹੁਣ ਉਸ ਤੇ ਵੀ ਨਜ਼ਰਾਂ ਜ਼ਰੂਰ ਰਟੀਆਂ ਹੋਣ ਕਿ ਆ ਸਾਰਿਆਂ ਉਮੀਦਵਾਰਾਂ ਦੀਆਂ ਲੇਕਿਨ ਫਿਲਹਾਲ ਜੋ ਹੈ ਇਸ ਵੇਲੇ ਜੋ ਕਹ ਲੈ ਕਿ ਆਪਾਂ ਵੱਡੀ ਖਬਰ ਬਣ ਚੁੱਕੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜੋ ਹੈ ਜਿਸ ਦੀ ਇੱਕ ਸੀਟ ਬਾਕੀ ਬਚੀ ਸੀ ਇੱਕ ਹਲਕਾ ਜੋ ਹੈ ਪੰਜਾਬ ਦਾ ਬਾਕੀ ਬਚਿਆ ਸੀਗਾ ਖਡੂਰ ਸਾਹਿਬ ਤੋਂ ਐਲਾਨਨ ਜਿਹਾ ਹੱਲੇ ਉਮੀਦਵਾਰ ਸੋ ਉਹ ਉਮੀਦਵਾਰ ਵੀ ਹੁਣ ਐਲਾਨ ਦਿੱਤਾ ਗਿਆ ਸੋ ਹੁਣ ਕੈਲੇਕ ਸ਼ਰੋਮੀਆਂ ਅਕਾਲੀ ਦਲ ਦੇ ਵੱਲੋਂ ਆਪਣੇ ਸਾਰੇ ਪੱਤੇ ਜੋ ਹੈ ਖੋਲ ਦਿੱਤੇ ਗਏ ਨੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਤੇ ਹੁਣ ਸਿੱਧੀ ਕੈਲੇਕ ਆਪਾਂ ਜਿਹੜਾ ਹੁਣ ਅਗਲਾ ਸਟੈਪ ਕੈਲੇਕੇ ਪ੍ਰਚਾਰ ਦਾ ਹੋਵੇਗਾ ਪ੍ਰਚਾਰ ਕੀਤਾ ਜਾਣਗੇ ਤਾਂ ਉਸ ਤੋਂ ਬਾਅਦ ਹੁਣ ਸਿੱਧੀ ਨਜ਼ਰ ਜੋ ਹੈ ਜਿੱਤ ਤੇ ਹੋਵੇਗੀ ਨਾ ਸਿਰਫ ਸ਼ਰੋਮੀਆਂ ਅਕਾਲੀ ਦਲ ਦੀ ਬਲਕਿ ਸਾਰੀਆਂ ਸਿਆਸੀ ਪਾਰਟੀਆਂ ਦੀ ਇਸ ਵੇਲੇ ਨਜ਼ਰ ਜੋ ਹੈ ਹਾਲਾਂਕਿ ਕਿਸੇ ਪਾਰਟੀ ਦੀ ਉਮੀਦਵਾਰ ਐਲਾਨਨ ਤੇ ਹੈ ਤਾਂ ਕਿਸੇ ਪਾਰਟੀਆਂ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਉਹਨਾਂ ਦੀ ਨਜ਼ਰ ਜੋ ਹੈ ਹੁਣ ਇਸ ਵੇਲੇ ਸਿੱਧੇ ਜੋ ਹੈ ਜਿੱਤ ਤੇ ਲੱਗੀ ਹੋਈ ਹੈ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਇਸ ਵੇਲੇ ਮੌਜੂਦ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਜ਼ਿਆਦਾ ਗਰਮਾਇਆ ਹੋਇਆ ਸੋ ਇਸ ਹਿਸਾਬ ਦੇ ਨਾਲ ਕਾਫੀ ਕਹ ਲੈ ਕੇ ਆਪਾਂ ਇਸ ਵਾਰ ਜਦੋਂ ਜੋ ਹੈ ਜੋ ਹੈ ਸਿਆਸੀ ਪਾਰਟੀਆਂ ਨੂੰ ਕਰਨੀ ਪੈ ਸਕਦੀ ਹੈ ਕਿਉਂਕਿ ਵੱਡੇ ਫੇਰ ਬਦਲ ਵੱਡੇ ਉਲਟ ਫੇਰ ਜੋ ਇਸ ਵਾਰ ਪੰਜਾਬ ਦੀ ਸਿਆਸਤ ਦੇ ਵਿੱਚ ਦੇਖਣ ਨੂੰ ਮਿਲੇ ਨੇ ਫਿਰ ਚਾਹੇ ਉਹ ਕਿਸੇ ਵੀ ਪਾਰਟੀ ਦੀ ਗੱਲ ਕਰ ਲਈਏ ਤਾਂ ਹਰੇਕ ਪਾਰਟੀ ਦੇ ਵਿੱਚੋਂ ਜੋ ਹੈ ਕਈ ਆਗੂ ਛੱਡ ਕੇ ਗਏ ਨੇ ਤੇ ਫਿਰ ਉਸ ਤੋਂ ਬਾਅਦ ਵਿਰੋਧੀਆਂ ਦੀ ਪਾਰਟੀ ਦੇ ਵਿੱਚੋਂ ਸ਼ਾਮਿਲ ਹੋ ਚੁੱਕੇ ਨੇ ਸੋ ਇਸ ਵਾਰ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਕਾਫੀ ਅਹਿਮ ਹੋਣ ਵਾਲਾ ਇਹ ਮੁਕਾਬਲਾ ਕਾਫੀ ਦਿਲਚਸਪ ਹੋਣ ਵਾਲਾ ਹੈ ਮੁਕਾਬਲਾ ਕਿਉਂਕਿ ਹਰ ਇੱਕ ਅਕਾਲੀ ਕੇਚਰਾ ਇਸ ਵੇਲੇ ਦਾਤੇ ਲੱਗਿਆ ਹੋਇਆ ਤੇ ਸਿਆਸੀ ਪਾਰਟੀਆਂ ਦੀ ਕਿਸਮਤ ਵੀ ਜੁਏ ਪੂਰੀ ਤਰ੍ਹਾਂ ਦੇ ਨਾਲ ਦਾਤੇ ਲੱਗੀ ਹੋਈ ਹੈ ਤਾਂ 1 ਜੂਨ ਨੂੰ ਜਿਹੜੀ ਹੈ VOTING ਹੋਵੇਗੀ ਤਾਂ ਉਸ ਤੋਂ ਬਾਅਦ 4 ਜੂਨ ਨੂੰ ਯਾਨੀ ਕਿ 3 ਦਿਨਾਂ ਦੇ ਵਿੱਚ ਜੋ ਹੈ ਉਹ 1 ਜੂਨ ਨੂੰ ਕੀ ਹੋਇਆ ਉਸ ਦਾ ਰਿਜ਼ਲਟ ਵੀ 4 ਜੂਨ ਨੂੰ ਜਿਹੜਾ ਸਾਰਿਆਂ ਦੇ ਸਾਹਮਣੇ ਹੋਵੇਗਾ ਸੋ ਫਿਲਹਾਲ ਦਾਸੇ ਕਿ ਅਕਾਲੀ ਦਲ ਦੇ ਵੱਲੋਂ ਆਪਣੇ ਸਾਰੇ ਪੱਤੇ ਜੋ ਹੈ ਖੋਲ ਦਿੱਤੇ ਗਏ ਨੇ ਹਰੇਕ ਉਮੀਦਵਾਰ ਦਾ ਜੋ ਐਲਾਨ ਕਰ ਦਿੱਤਾ ਗਿਆ ਤੇ ਅੱਜ ਹਲਕਾ ਖੰਡੂਰ ਸਾਹਿਬ ਦੀ ਸੀਟ ਤੇ ਵੀ ਐਲਾਨ ਕਰ ਦਿੱਤਾ ਗਿਆ ਵਿਰਸਾ ਸਿੰਘ ਬਲਟੋਹਾ ਨੂੰ ਜੋ ਹੈ ਮੈਦਾਨ ਦੇ ਵਿੱਚ ਉਤਾਰਿਆ ਕਿ ਸੋ ਹੁੰਦੇ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਜੋ ਹੈ ਅਗਲੀ ਰਣਨੀਤੀ ਕੀ ਹੁੰਦੀ ਹੈ ਕਾਲੀ ਦਲ ਦੀ ਕਿਸ ਤਰ੍ਹਾਂ ਪ੍ਰਚਾਰ ਕੀਤਾ ਜਾਂਦਾ ਹੈ ਉਹ ਵੀ ਦੇਖਣਾ ਹੋਵੇਗਾ ਤੇ ਲੋਕਾਂ ਦੇ ਮਨਾਂ ਨੂੰ ਕਿਸ ਤਰ੍ਹਾਂ ਇਹਨਾਂ ਦੇ ਵੱਲੋਂ ਕਹਿ ਲੈ ਕੇ ਆਪਣੇ ਵੱਲ ਆਕਰਸ਼ਿਤ ਕੀਤਾ ਜਾਂਦਾ ਹੈ ਉਹ ਵੀ ਜ਼ਰੂਰ ਦੇਖਣ ਵਾਲੀ ਗੱਲ ਹੋਵੇਗੀ ਸੋ ਪਲਪਲ ਦੀ ਜਾਣਕਾਰੀ ਜੋ ਹੈ ਇਸ ਸਿਆਸੀ ਖੇਡ ਦੇ ਨਾਲ ਜੁੜੀ ਲੋਕ ਸਭਾ ਚੋਣ ਦੰਗਲ 2024 ਦੇ ਨਾਲ ਜੁੜੀ ਤੁਹਾਡੇ ਨਾਲ ਸੰਜੀ ਕਰਦੇ ਰਹਾਂਗੇ ਫਿਲਹਾਲ ਦੇ ਲਈ ਦੀ ਹੋ ਇਜਾਜ਼ਤ ਤੇ ਦੇਖਦੇ ਰਹੋ ਅਜੀਤ ਵੈਟੀਵੀ